ਆ ਤੁਹਾਨੂੰ ਤਾਂ ਕਿਸੇ ਕਣੀ ਉਹ ਕਟਿੰਗ ਕਰੀ ਰੇ ਮੰਜੀ ਨਹੀਂ ਇਸ ਇਸ ਮੌਸਮ ਨੂੰ ਮੱਝਾਂ ਨੂੰ ਖੁਸ਼ਕੀ ਬਣ ਜਾਂਦੀ ਹੈ ਤਾਂ ਕੱਪੜੇ ਤੇ ਹਾਂਜੀ ਤਾਂ ਵਾਲ ਕੱਟੀ ਦੇ ਨੇ ਤੇ ਸ਼ੈਂਪੂ ਲਾਇਆ ਨੇ ਜੀ ਇਸ ਤਰ੍ਹਾਂ ਕਿਹਾ ਸੀ ਇਸ ਨਾਲ ਸਫਾਈ ਹੋ ਜਾਂਦੀ ਨਾ ਵਾਲੇ ਬੜਾ ਹੋ ਅਟਕੀ ਜੀ ਬੜਾ ਬਚਪਨ ਦੀ ਯਾਦ ਆ ਜੀ ਵਾਲੇ ਆਪਣਾ ਨਹੀਂ ਜਾਂਦਾ ਨੀਲਾ ਕੱਪੜੇ ਰਹਿ ਸੋ ਤੱਕੋ ਜੀ ਇਹ ਵੀ ਇੱਕ ਸਬਜ਼ੀ ਹੋਈ ਜੀ ਆ ਟਮਾਟਰ ਵੀ ਹੋਈ ਜੀ ਖੀਰੇ ਹੋਈ ਜੀ ਸੇਬ ਹੋਈ ਜੀ ਅੱਛਾ ਆਹੋ जी बिस्मिल्लाहिर्रहमानिर्रहीम अस्सलाम वालेकुम उम्मीद करता सारे पैना बार ठीक हो सो मैं मंसूर जट जी नाजी बिल्कुल आज मौजूद हाँ अपने घर आज जनाब मौजूद हाँ माले आले बेड है आज तुम जनाब दसने कट्टी जनाब इस्तहार साहब कट्टी रहने इसने बाल कट्टी रहे तुम्हें पता त्री आला मौसम शुरू होना मंजिया माला ने बोला बाल कटने होने तो जनाब इस्तहार साहब नहीं कटिंग करी रहे कोई नवी नवे मॉडल नहीं कटिंग करी रहे इस बार मिशे का 2000 कोई बाई नहीं कटिंग करी रहे ऐसा तकने उसो जनाब इंतहाई बहुत खूबसूरत कटिंग करी दे जिन्हें भैन भ्रा चैनल सब्सक्राइब नहीं किया चैनल को जरूर सब्सक्राइब करें तो जैसे वीडियो से टाइम मिल जाए करें कड़े भैन भ्रा मंजी नहीं मतलब मंजी माला नहीं कटिंग करने रहे हो बाल कटने रहे हो तो अज से जरूर बाए तो हूं सौ तको इसनी कटिंग इंशाल्लाह वीडियो से मिलने अगे हाँ जी इस्तहार साहब क्या हाल है सुना भाई जी ठीक और सुनाओ बिल्कुल ठीक ठाक कितने अर्से तू कटिंग करने हो मंजी माला नहीं मैं 10 साल हो गए जी 10 साल हो गए हां जी कोई जा सीख रहे जा इसे कम शुरू किता ने पहले इसी तरह अपनी मंज मंजा रखिया सन जी अपनी मंजा रखिया ना डेरी बढ़ाई मंजा अच्छा थोड़े बाले उना दे वाल कटना सा अच्छा ऐसे ऐसे मौसम नु मंजा ने खुशकी बन जांदी है तां कपड़े हां जी तां वाल कटी दे ने अच्छा मंजा सुकून आ जाना ਜਮੀ ਹੋਣੀ ਇਸ ਵਾਸਤੇ ਜੂ ਸ਼ੁਨਾ ਪੇਜਨ ਜੁਮਾ ਨਾ ਪੈ ਜਾਣਾ ਖੁਸ਼ਕੀ ਹੋ ਜਾਣੀ ਅੱਛਾ ਦਾੜੀ ਕਿਤੇ ਮੰਜੀ ਨੇ ਸੋ ਬਾਲ ਕੱਟੀ ਕੁੰਨੇ ਹੋ ਦੋ ਮੰਜੀ ਦੇ ਕੱਟ ਛੜਨਾ ਦੋ ਮੰਜੀ ਜੀ ਕੋ ਮਸ਼ੀਨ ਰੱਖੀ ਨਾ ਹਲਕੀ ਕੈਂਚੀ ਰੱਖੀ ਨੇ ਹਲਕੀ ਕੈਂਚੀ ਇਹ ਮਸ਼ੀਨ ਵੀ ਹੈ ਮਸ਼ੀਨ ਮੈਂ ਹੁਣ ਆਂਦੀ ਕੋ ਨਹੀਂ ਅੱਛਾ ਤਾਂ ਕਿੰਨੇ ਰੁਪਏ ਕਿੰਨੇ ਅੱਜ ਕੱਲ ਜੀ ਕਿੰਨੇ ਰੁਪਏ ਕਿੰਨੇ ਹੋ 400 ਰੁਪਿਆ ਮਾਜ ਦਾ ਅੱਛਾ 400 ਮੰਜੀ ਕਿੰਨੇ ਹੋ 200 ਰੁਪਏ ਇਸ ਇੰਨੀ ਕੱਟੀ ਦਾ ਨੀਕੀ ਕੱਟੀ 200 ਰੁਪਿਆ ਤੇ ਗੱਲ ਬਸੋ ਤੁਸੀਂ ਇਹ ਮਤਲਬ ਹਰ ਇਲਾਕੇ ਜਾਣੇ ਹੋ ਖਾਲੀ ਜਿੱਥੇ ਕੋਈ ਆਇਆ ਬੰਦਾ ਅੱਜ ਮਤਲਬ ਕੋਈ ਵੈਸੇ ਫਿਰਨੇ ਰਹੇ ਕੋਣੀ ਨਹੀਂ ਭਾਜੀ ਮੈਂ ਜਾਣਾ ਤਾਂ ਮਲਤਾਨ ਤੱਕ ਜਾਣਾ ਰਾਂ ਮਲਤਾਨ ਤੱਕ ਗਏ ਹੋ ਜੀ ਆਹਾਂ ਲੰਗਾ ਨਹੀਂ ਮਿਕੀ ਮਲਤਾਨ ਜਾਣਾ ਰਾਂ ਮੈਂ ਨਹੀਂ ਇਹ ਬਾਲ ਕਟਣ ਦਾ ਮੰਜੇ ਮਾਲਾ ਨੇ ਮਜਾ ਮਾਲਾ ਦੇ ਜਾ 10 ਦਾੜੇ ਹੋਏ ਨੇ ਮੈਂ ਆਇਆ ਉਧਰ ਅੱਛਾ ਉਹ 10 ਦਾੜੇ ਗਿਆ ਰਿਹਾ ਉਧਰ ਠੀਕ ਕਸ਼ਮੀਰ ਚਲਾ ਆਉਣ ਤੋਂ ਪਹਿਲਾਂ ਕਿੰਨੇ ਦਾੜ ਬਈ ਕਿੰਨੇ ਹੋ 1000 ਰੁਪਏ ਉਧਰ ਦਿਹਾੜਾ ਬਣਾ ਲੈਣਾ ਸਪਰ 1000 ਰੁਪਏ ਯਾਰ ਮਿਲਾ ਕਿੰਨੇ ਹੋ 1 ਵਜੇ ਤੱਕ ਮੈਂ ਦੋ ਮੱਝਾਂ ਕੱਟਦਾ ਸਾਂ ਅੱਛਾ ਉਸ ਤੋਂ ਬਾਅਦ ਬਸ ਠੀਕ ਇਹ ਸਮਾਂ ਸੀਜ਼ਨ ਸ਼ੁਰੂ ਹੋਇਆ ਮਤਲਬ ਭਾਇਆ ਸੀਜ਼ਨ ਸ਼ੁਰੂ ਹੋਣਾ ਹੁਣ ਤਕਰੀਬਨ ਅਤਰੀ ਜੀ ਮੰਨ ਜੇ ਹੁਣ ਠੀਕ ਇਹ ਤੱਕੋ ਜੀ ਕਾ ਨਾਲ ਖੈਰੀ ਹੈ ਇਹ ਕਾ ਤਾਂ ਨਾਲ ਬਈ ਨੇ ਭੁੱਲੀ ਰਹਿ ਤਾਂ ਜੀ ਨਸੇ ਨਾ शैंपू लाई रहे हो अच्छा शैंपू लाया ने इस तरह क्या ਇਸ ਨਾਲ ਸਫਾਈ ਹੋ ਜਾਸੀ ਨਾ ਮੈਂ ਚੱਲਿਆ ਜਾਸੀ ਲੈ ਲੈ ਜਾਸੀ ਇਹ ਸਪੈਸ਼ਲ ਕੋਈ ਸ਼ੈਂਪੂ ਹੈ ਸਪੈਸ਼ਲ ਹੈ ਹਾਂ ਸਪੈਸ਼ਲ ਹੀ ਹੈ ਇਹਦਾ ਕਿੱਥੋਂ ਲੈਂਦਾ ਸਨੇ ਇਹ ਲੈਂਦਾ ਦੁਬਈ ਤੋਂ ਅੱਛਾ ਤੱਕੋ ਜੀ ਨੂੰ ਉਸ ਬਾਅਦ ਨਵਾ ਲੈ ਸਹਾਰ ਸਾਹਿਬ ਬਹੁਤ ਛੇ ਬੰਦੇ ਸਹਾਰ ਸਾਹਿਬ ਇਹ ਅੱਗੇ ਕੋਈ ਰابطਾ ਕਰਨਾ ਹੈ ਮਣਾ ਰابطਾ ਕਰੀ ਕਿਨੇ ਬੰਦਾ ਤੁਹਾਡੇ ਨਾਲ ਨੰਬਰ ਹੈ ਨਾ ਤੁਹਾਡਾ ਕੋਲ ਹਾਂ ਬਿਲਕੁਲ ਨੰਬਰ ਹੈ ਉਸ ਬਾਅਦ ਸਾਨੂੰ ਰابطਾ ਕਰੀ ਉਠੋ ਜਨਾਬ 400 ਰੁਪਏ ਕਿਨੇ ਨੇ ਨਵਾਲੀ ਦੇਣੇ ਮੁੰਡਾ ਇੱਕ ਬਾਲ ਹੀ ਇਕੱਠੀ ਖੁੰਨੇ ਅੱਛਾ ਇਹ ਮੋਟਰਾਂ ਨਵਾਲੇ ਉਸ ਹਰ ਸਭ ਤੋਂ ਮੋਟਰਾਂ ਪਾਣੀ ਹੋਣਾ ਹੈ ਮੋਟਰ ਵੀ ਠੰਡਾ ਪਾਣੀ ਠੰਡਾ ਪਾਣੀ ਨਵਾਲੇ ਉਸ ਆ ਸੀ ਕਿ ਪ੍ਰੈਸ਼ਰ ਮਾਰੇ ਸੀ ਕਿ ਪ੍ਰੈਸ਼ਰ ਮਾਰਨੀ ਆ ਤਾਂ ਕੋ ਜੀ ਵਾਹ ਜੀ ਵਾਹ ਇਸ ਹਰ ਸਭ ਤੋਂ ਛਾ ਗਿਆ ਮੇਣਾ ਵਾਲੇ ਬੜਾ ਹੋ ਅਟਕੀ ਜੀ ਬੜਾ ਬਚਪਨ ਦੀ ਯਾਦ ਆ ਜੀ ਵਾਲੇ ਆਪਣਾ ਨਹੀਂ ਜਾਂਦਾ ਨੀਲਾ ਕੱਪੜੇ ਰਹਿ ਸੋ ਤੇ ਪਰਦੇ ਵੀ ਗਏ ਥੇ ਕਿਤੇ ਅਰਸ਼ਾ ਆ ਗਿਆ ਪੁੱਛ ਰਿਹਾ ਕੱਪੜੇ ਆ ਅੱਜ 10 ਵਜੇ ਸ਼ੁਰੂ ਕੀਤਾ ਕਿਤੇ ਅਰਸ਼ਾ ਆ ਗਿਆ ਸ਼ੁਰੂ ਕਿਤੇ ਆਏ ਇੱਕ ਦਿਨ ਹੋ ਗਿਆ ਅੱਲਾ
ਉੱਚੇ ਬੋਲੀ ਨਾ ਸਾਰਾ ਮੈਂ ਨਹੀਂ ਬੋਲੀ ਨਾ 1000 ਰੁਪਇਆ ਲੱਗਣਾ ਹੈ ਨਾ ਅਲਾ 1000 ਰੁਪਇਆ ਦਿਓ ਨਾ ਅਲਾ ਦੇ ਚਾ ਉੱਚੇ ਬੋਸ ਮੈਂ ਤੂੰ ਨਾ ਲੈ ਲੋ ਕੇ ਨੀਲਾ ਨੀਲਾ ਸਮੋਸ ਮੁੱਝ ਜਾਂਦਾ ਨਾ ਅਲਾ ਆਏ ਬੂਟੀ ਕਪੜੇ ਹੋ ਬੂਟੀ ਦੇ ਕਪੜੇ ਆ ਬੂਟੀ ਕਪੜੇ ਆ ਨਾ ਮੁੱਝ ਨਹੀਂ ਖਾਣੀ पालक नहीं जी पकाने पालक है इस तो साहब ये जो नीला या ये गनियाल होना इसकी ये सुखा पटोना जा का सुखा होना बड़ा मुश्किल बहुत मुश्किल होना या इसमें पटने का तरीका क्या दसो हला पटने का तरीका है फटके तो छिक लो किस तरह ये इंज इंज फटके तो छिको अच्छा पोड़ तो छिको उसकी कटी जाना अच्छा वाह जी वाह है अरे मुश्किल है तरह में एक ही पीला अच्छा वाह जी वाह एक गनियाल होना एक गनियाल मनी खाई हुई है मनी मार बहुत मीठा होना तो अच्छा कितना कोनी मीठा होना इधर नीले कड़ी गई ये भी पुरानी यादा क्या हाल है कंग जा पे करो तको जी ए सीटा जरा ना तकरीबन तैयार हो ही गया हूं तकरीबन और इस हर साहब और कणके की तकरीबन कितने लगी तकरीबन तकरीबन मीना डेढ़ महीना रोज पहले रोज बाद कपड़ों से रोज तो बाद ही होगा पहले नहीं होने जिन होनी अच्छा तो उस तो बाद जनाब तो व्यू चेक करो ए देखो जी शाम का टाइम है बिल्कुल तो इस तो खास साहब सारा नीला जरा कप्पे हैं ए चेक करो जी जरा सूरज है बिल्कुल गुरूब होने ला दुखी साहब की अच्छा बूटी कब दे हो बूटी है जल्दी मुड़ी क्या वजह बस छुट्टी हाँ हाँ कोई सबक किसा कौन पुरानी यादा ताजा कराइया कौन मशीन की पुरानी यादा ताजा कराइया अजल वीडियो ना एक और फिर मिल अच्छा वाह जी हो यारा बिच बिलार मारे आए भाई पे आना भाई ब्रो आज मैं मजबूरी से अपना जी दे दिया जी जसो एक है चीज है कुरकुर इसी किसे करने होने हो तो हाथ फिर ना है ये तो क्या होता है पुठाई फिर अदा जरे किन जुसो ये जुसा जी जब मैं अपना चेंज को ले उठे या उसे वो उठे या उठा दे वो वीडियो बना आज जुसा टोले को ना बुचा लगी तो ना जी के जिसे जो उठाए तो को टूट के शाला है टूट होनी है ना रेडी की चीज है जी जी रेडी ए जनाब 764 हो गया जी 764 हो गया हां चलो अब बहुत लिखी भी अपन ने होता है लिखी है जी 764 आज भी बड़े रेडी की है कुछ लियो नीला कपड़ा कुछ कपड़ा आसो बार कुछ ना जिस वाला लग गया साढ़े घर ए आई नीला कपसो आज कपसो ने की चकली अपना दिया जाता
मैच खेलने लगे तुम मैच खेलने को छक्के मारने को जनाब जी मरीज की दुकान पुजी आए चंगे तरक्के ना पे एक आना ही ना है देखो जी मरीज साहब बहुत अच्छे बंदे क्या क्या चीजा हो गई ना जनाब आज दिहाड़ी कैसे गुजरी है गर्मी हो गई है हाँ बस बच्चा भाई होने तुम इधर कितने रुपये हो गए पंज तरीके से होया है देखो जी जरेई बाजार मैं पहला तो मैं अपना ऑर्डर करा वो बोल जी क्या किन्सो तू गोले डबल स्लैश क्यों गोले साशो किधर गोले किन्सो ओ लिखे दे लिखे लिखे हो रहे हाँ लिखने के रहने ना ठा ले हाँ पैसे को लाने कोनी तो क्या नहीं चला वीडियो बना रहा ना वीडियो ने पैसे किन्ने हो कितने पैसे किन्ने हो डूंगी खरेटा लागा कितने रुपये लभने कुछ चीज लिखनी है कोई कोई कौन लिखनी एक केड़े स्कूल पढ़ने उठे सरकारी अच्छा आ नाल बुन मैच खेलने जी आ खेलने मैच जी पुरानी याद ताजी सुई कराने आ बाल करा चका मासा ओ दुर्बुना मारे